ਕੁਹਾੜੀਆਂ ਨੂੰ ਫੜ ਕੇ ਉਹਨਾਂ ਦੀਆਂ ਟੰਗਾਂ ਤੋੜੀਆਂ ਗਈਆਂ। ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲਾ ਟਰੈਕਟਰ ਕੁਹਾੜੀਆਂ ਨਾਲ ਤੋੜੇ, ਬੋਰੀ ਦੇ ਵਿੱਚ ਪਾ ਕੇ ਅਪਹਰਨ ਕਰਕੇ ਲੈ ਗਏ। ਕਾਨੂੰਨ ਹੈ ਦੇਸ਼ ਦਾ, ਸਾਡੇ ਕੋਲ ਨੋਟਿਸ ਆਏ ਨੇ ਵੀ ਜੇ ਤੁਸੀਂ ਕਿਸੇ ਪ੍ਰੋਪਰਟੀ ਦਾ ਨੁਕਸਾਨ ਕਰੋਗੇ ਤਾਂ ਅਸੀਂ ਤੁਹਾਡੀ ਪ੍ਰੋਪਰਟੀ ਵੇਚ ਕੇ ਉਹ ਵਸੂਲਾਂਗੇ। ਇਹ ਨੋਟਿਸ ਸਾਡੇ ਕੋਲ ਆਏ ਹਰਿਆਣੇ 'ਚ, ਅਤੇ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਹੁਣ ਉਹਦੀ ਭਰਪਾਈ ਕੌਣ ਕਰੇਗਾ? ਕੀਦਾ ਅੰਦੋਲਨ 2020 ਦੇ ਵਿੱਚ ਸ਼ੁਰੂਆਤ ਹੋਈ ਅਤੇ ਗੁਰੂ ਨਾਨਕ ਸਿੰਘ ਚੜੂਣੀ ਅੱਗੇ ਲੈਣ ਵਾਸਤੇ ਪਹੁੰਚੇ ਸੀ, ਐਰਕੀ ਕੀ ਗੱਲਬਾਤ ਹੋਈ? ਜਿਹੜੇ ਇਸ ਅੰਦੋਲਨ ਦੇ ਵਿੱਚ ਸ਼ਰੀਕ ਹੋਏ ਸੀ ਹਰਿਆਣੇ ਵਾਲੇ, ਉਹ ਜੇ ਹਰਿਆਣੇ ਦੇ ਵਿੱਚ ਰਹਿ ਕੇ ਅੰਦੋਲਨ ਲੜਦੇ ਤਾਂ ਦੋ ਸਟੇਟਾਂ ਦਾ ਅੰਦੋਲਨ ਹੋਣਾ ਸੀ। ਉਹ ਲੀਡਰ ਆ ਕੇ ਇੱਧਰ ਬਹਿ ਗਏ ਅਤੇ ਅੰਦੋਲਨ ਤਾਂ ਇੱਕ ਸਟੇਟ ਦਾ ਰਹਿ ਗਿਆ। ਫਤਿਹ ਸਾਂਝ ਕਰਦੇ ਚੁਗਣੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਜੈ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਵੇਖਦੇ ਇਸ ਸੰਘਰਸ਼ ਨੂੰ ਜਿਹੜਾ ਕਿ ਬਾਰਡਰਾਂ 'ਤੇ ਚੱਲ ਰਿਹਾ ਅਤੇ ਇਸ ਸ਼ਹੀਦੀ ਨੂੰ? ਦੇਖੋ, ਇਹ ਜਿਹੜੀ ਸ਼ਹੀਦੀ ਹੈ ਇਹ ਇੱਕ ਤਰ੍ਹਾਂ ਤੋਂ ਹੱਤਿਆ ਕੀਤੀ ਗਈ ਹੈ। ਬਾਰਡਰ ਤੋਂ 2.25 ਕਿੱਲੇ ਪਿੱਛੇ ਹੈ, ਖੇਤਾਂ ਦੇ ਵਿੱਚ ਹੈ, ਜਿੱਥੇ ਕੋਈ ਉਪਦਰਵ ਕਰਨ ਦਾ ਕੋਈ ਕਾਰਨ ਨਹੀਂ ਬਣਦਾ। ਉੱਥੋਂ ਤਾਂ ਇੰਨੀ ਦੂਰ ਵੱਟਾ ਵੀ ਨਹੀਂ ਫੈਂਕ ਸਕਦਾ, ਗੋਲੀ ਉਹਦੇ ਕੋਲ ਹੈ ਨਹੀਂ, ਤਾਂ ਉੱਥੇ ਕੀ ਖਤਰਾ ਸੀ? ਅਤੇ ਦੂਜੀ ਗੱਲ, ਨੂੰ ਪਿੱਛੋਂ ਗੋਲੀ ਮਾਰੀ ਗਈ ਹੈ, ਬੜਾ ਇੱਕ ਮਾਇਨੇ ਰੱਖਦਾ ਹੈ। ਜੇ ਬੰਦਾ ਕੋਈ ਉਪਦਰਵ ਕਰ ਰਿਹਾ, ਕੋਈ ਹਮਲਾ ਕਰ ਰਿਹਾ, ਉਹਨੂੰ ਅੱਗੋਂ ਗੋਲੀ ਲੱਗੇਗੀ, ਇਹਨੂੰ ਪਿੱਛੋਂ ਗੋਲੀ ਲੱਗੀ ਹੈ। ਦੂਜੀ ਗੱਲ, ਉੱਥੇ ਜਿਹੜਾ ਹੈ ਕਈਆਂ ਨੂੰ ਫੜ ਕੇ ਉਹਨਾਂ ਦੀਆਂ ਟੰਗਾਂ ਤੋੜੀਆਂ ਗਈਆਂ ਨੇ। ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲਾ ਮੌਕਾ ਹੈ, ਟਰੈਕਟਰ ਕੁਹਾੜੀਆਂ ਨਾਲ ਤੋੜੇ ਗਏ ਨੇ, ਬੋਰੀ ਦੇ ਵਿੱਚ ਪਾ ਕੇ ਅਪਹਰਨ ਕਰਕੇ ਲੈ ਗਏ ਨੇ। ਹਾਂਜੀ, ਟੀਮ ਨੂੰ ਕੁੱਟਿਆ ਗਿਆ ਜੀ, ਡਾਕਟਰਾਂ ਦੀ ਟੀਮ ਨੂੰ ਕੁੱਟਿਆ ਗਿਆ, ਬੋਰੀ ਦੇ ਵਿੱਚ ਪਾ ਕੇ ਅਪਹਰਨ ਕਰਕੇ ਲੈ ਗਏ। ਅਤੇ ਇਹ ਸਾਰੇ ਅਪਰਾਧਿਕ ਮਾਮਲੇ ਨੇ। ਪੁਲਿਸ ਜਿਹੜੀ ਹੈ, ਫੋਰਸਾਂ ਜਿਹੜੀਆਂ ਨੇ, ਉਹ ਗਲਤ ਨੂੰ ਰੋਕਣ ਵਾਸਤੇ ਹੁੰਦੀਆਂ ਨੇ, ਹਮੇਸ਼ਾ ਗਲਤ ਕਰਨ ਵਾਸਤੇ ਨਹੀਂ ਹੁੰਦੀਆਂ। ਅਤੇ ਇਹ ਕਿਸਾਨ ਜਿਹੜੇ ਨੇ, ਕੋਈ ਦੂਜੇ ਦੇਸ਼ ਦੇ ਨਹੀਂ ਸੀ, ਇਹਨਾਂ ਨੂੰ ਮਾਰ ਦਿਓ, ਫੂਕ ਦਿਓ, ਜੇ ਕਰ ਦਿਓ, ਉਹ ਕੋਈ ਦੂਜੇ ਦੇਸ਼ ਦੇ ਨਹੀਂ ਸੀ, ਆਪਣੇ ਦੇਸ਼ ਦੇ ਨੇ। ਕਾਨੂੰਨ ਹੈ ਦੇਸ਼ ਦਾ, ਸਾਡੇ ਕੋਲ ਨੋਟਿਸ ਆਏ ਨੇ ਵੀ ਜੇ ਤੁਸੀਂ ਕਿਸੇ ਪ੍ਰੋਪਰਟੀ ਦਾ ਨੁਕਸਾਨ ਕਰੋਗੇ ਤਾਂ ਅਸੀਂ ਤੁਹਾਡੀ ਪ੍ਰੋਪਰਟੀ ਵੇਚ ਕੇ ਉਹ ਵਸੂਲਾਂਗੇ। ਇਹ ਨੋਟਿਸ ਸਾਡੇ ਕੋਲ ਆਏ ਹੋਏ ਹਰਿਆਣੇ 'ਚ, ਅਤੇ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਹੁਣ ਉਹਦੀ ਭਰਪਾਈ ਕੌਣ ਕਰੇਗਾ? ਕੀ ਉਹ ਕਾਨੂੰਨ ਸਾਡੇ 'ਤੇ ਲਾਗੂ ਹੁੰਦਾ? ਉਹ ਕਾਨੂੰਨ ਸਰਕਾਰ 'ਤੇ ਲਾਗੂ ਨਹੀਂ ਹੁੰਦਾ, ਜਿਹੜੀ ਸਰਕਾਰ ਬਣਾਉਣ ਵਾਲੀ ਹੈ, ਉਹਨਾਂ ਫੋਰਸਾਂ 'ਤੇ ਉਹ ਕਾਨੂੰਨ ਲਾਗੂ ਨਹੀਂ ਹੁੰਦਾ? ਅਤੇ ਬੜਾ ਗੰਭੀਰ ਮੈਟਰ ਹੈ ਇਹ ਸਾਰਾ ਕੁਛ, ਲੋਕਾਂ ਦੇ ਅੰਦਰ ਡਰ ਪੈਦਾ ਕਰਨ ਵਾਸਤੇ ਵੀ ਲੋਕ ਜਿਹੜਾ ਹੈ ਅੰਦੋਲਨ ਨਾ ਕਰਨ। ਹੋਰ ਡਰਾਏ ਜਾ ਰਹੇ ਨੇ ਵੀ ਜਿਹੜਾ ਅੰਦੋਲਨ ਕਰੇਗਾ ਅਸੀਂ ਉਹਦੀ ਵੀਡੀਓ ਬਣਾ ਰਹੇ ਹਾਂ, ਉਹਦੀ ਫੋਟੋ ਬਣਾ ਰਹੇ ਹਾਂ, ਉਹ ਉਹਨਾਂ ਦੇ ਪਾਸਪੋਰਟ ਨਹੀਂ ਬਣਨਗੇ, ਅਸੀਂ ਰੱਦ ਕਰਵਾਵਾਂਗੇ, ਵੀਜ਼ੇ ਰੱਦ ਕਰਵਾਵਾਂਗੇ। ਇਸ ਤਰ੍ਹਾਂ ਨਾਲ ਜਿਹੜਾ ਯੁਵਾ ਹੈ ਉਹਨੂੰ ਜਿਹੜਾ ਹੈ ਅੰਦੋਲਨ ਤੋਂ ਬਾਹਰ ਕੀਤਾ ਜਾਏ, ਇਸ ਤਰ੍ਹਾਂ ਦੇ ਡਰ ਪੈਦਾ ਕਰ ਰਹੇ ਨੇ, ਅਤੇ ਜਿਹੜਾ ਬਿਲਕੁਲ ਗਲਤ ਹੈ ਲੋਕਤੰਤਰ ਦੇ ਵਿੱਚ, ਲੋਕਤੰਤਰ ਦੀ ਹੱਤਿਆ ਹੈ। 2021 ਦਾ ਅੰਦੋਲਨ 2020 ਦੇ ਵਿੱਚ ਸ਼ੁਰੂਆਤ ਹੋਈ ਅਤੇ ਗੁਰੂ ਨਾਨਕ ਸਿੰਘ ਚੜੂਣੀ ਅੱਗੇ ਲੈਣ ਵਾਸਤੇ ਪਹੁੰਚੇ ਸੀ, ਐਰਕੀ ਕੀ ਗੱਲਬਾਤ ਹੋਈ ਕਿ ਗੁਰੂ ਨਾਨਕ ਸਿੰਘ ਚੜੂਣੀ ਅਜੇ ਤੱਕ ਅਗਲੇ ਪਾਸੇ ਨਹੀਂ ਆਏ? ਦੇਖੋ, ਉਦੋਂ ਜਿਹੜਾ ਹੈ ਸੀ ਉਹ ਸਾਰਿਆਂ ਨੇ ਇਕੱਠੇ ਹੋਏ ਸੀ, ਇਹ ਜਿਹੜੀ 2627 ਦੀ ਕੌਲ ਸੀ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਦੀ ਸੀ, ਉਹਨਾਂ ਨੇ ਫਿਰ ਸਾਨੂੰ ਬੁਲਾਇਆ ਸੀ, ਫਿਰ ਉਹਨਾਂ ਨੇ ਕਿਹਾ ਸੀ ਵੀ ਕੌਮਨ ਕੌਲ ਕਰ ਲਈਏ। ਅਸੀਂ ਕਿਹਾ ਸੀ ਵੀ ਜੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਕੱਠੇ ਕਰਨਾ ਹੈ ਤਾਂ ਫਿਰ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਨੇ ਇੱਕ ਵੱਖਰੀ ਇੱਕ ਸੰਗਠਨ ਬਣਾ ਲਿਓ, ਉਹ ਜਿਹੜਾ SKM ਉਸ ਟਾਈਮ ਬਣਾਇਆ ਗਿਆ, ਉਹਦੇ 'ਚ ਕਮੇਟੀ ਦੇ ਮੈਂਬਰ ਬਣਾਏ ਗਏ, ਅੱਜ ਦੀ ਸੰਚਾਲਨ ਸੰਮਤੀ ਹੋਏਗੀ, ਇਹਨਾਂ ਦੀ ਰਾਏ ਨਾਲ ਜਿਹੜਾ ਹੈ ਉਹ ਚਲਾਂਗੇ, ਉਹ ਕਰਕੇ ਚਲੇ। ਪਰ ਇਸ ਵਾਰੀ ਜਿਹੜਾ ਹੈ ਉਹ ਸਾਨੂੰ ਵਿੱਚ ਨਹੀਂ ਲਿਆ ਗਿਆ, ਸਾਨੂੰ ਇਹ ਕਹਿ ਕੇ ਵਿੱਚ ਨਹੀਂ ਲਿਆ ਗਿਆ ਵੀ ਜਿਹੜਾ ਰਾਜਨੀਤੀ ਕਰਦਾ ਉਹਨੂੰ ਅਸੀਂ ਵਿੱਚ ਨਹੀਂ ਲਿਆਂਗੇ, ਅਤੇ ਉਹ ਬਾਕੀ ਅਸੀਂ ਸਾਈਡ ਤੋਂ ਮਦਦ ਕਰ ਰਹੇ ਹਾਂ, ਜਿੰਨੀ ਬਣ ਪਏਗੀ ਉੰਨੀ ਅਸੀਂ ਕਰਦੇ ਹਾਂ। ਸਾਈਡ ਤੋਂ ਮਦਦ ਕਿੱਦਾਂ ਦੀ ਹੋ ਰਹੀ ਆ ਹਰਿਆਣੇ 'ਚ, ਕਿਸ ਤਰ੍ਹਾਂ ਮਦਦ ਕਰ ਰਹੇ? ਹਰਿਆਣੇ ਦੇ ਵਿੱਚ ਅਸੀਂ 3 ਘੰਟੇ ਵਾਸਤੇ ਰੋਡ ਰੋਕੇ ਨੇ, ਸੌਰੀ, ਕੋਈ ਫਰਕ ਪਿਆ ਇਹਨਾਂ ਨੂੰ, ਕੋਈ ਫਰਕ ਪਿਆ ਇਹਦਾ? 2 ਘੰਟੇ ਵਾਸਤੇ ਰੋਡ ਰੋਕੇ ਨੇ, 3 ਘੰਟੇ ਵਾਸਤੇ 1 ਦਿਨ ਟੋਲ ਬੰਦ ਕੀਤੇ ਨੇ, ਅਤੇ 1 ਦਿਨ ਟਰੈਕਟਰਾਂ ਦਾ ਮਾਰਗ ਜਿਹੜਾ ਹਰ ਸ਼ਹਿਰ ਦੇ ਵਿੱਚ ਕੱਢਿਆ। ਫਰਕ ਪੈਣਾ ਨਾ ਪੈਣਾ ਇਹ ਤਾਂ ਕੋਈ ਪਹਿਲੇ ਦਿਨ ਹੀ ਫਰਕ ਨਹੀਂ ਪੈਂਦਾ, ਪਰ ਅਸੀਂ ਸਰਕਾਰ ਨੂੰ ਇਹ ਦਿਖਾਉਣ ਵਾਸਤੇ ਵੀ ਕੋਈ ਪੰਜਾਬ ਦੇ ਕਿਸਾਨਾਂ ਨੂੰ ਇਕੱਲੇ ਨਾ ਸਮਝੇ, ਜਾਂ ਜਿਹੜੇ ਵੀ ਅੰਦੋਲਨ ਕਰ ਰਹੇ ਨੇ ਉਹਨਾਂ ਨੂੰ ਇਕੱਲੇ ਨਾ ਸਮਝੇ, ਅਸੀਂ ਉਹਨਾਂ ਦੇ ਵਿੱਚ ਨਹੀਂ ਹੈ ਅਤੇ ਸਾਈਡ 'ਤੇ ਰਹਿ ਕੇ ਅਸੀਂ ਮਦਦ ਕਰਾਂਗੇ। ਕਾਰਾਂ ਦਾ ਜਬਰ ਮੰਨਦੇ ਹੋ ਤੁਸੀਂ, ਇਹ ਜਬਰ ਕੀਤਾ ਗਿਆ? ਹਾਂ, ਬਿਲਕੁਲ ਜਬਰ ਹੈ, ਮੈਂ ਤਾਂ ਕਹਿ ਰਿਹਾ ਵੀ ਬਿਲਕੁਲ ਜਬਰ ਹੁੰਦਾ ਨਾ ਤਾਂ ਫਿਰ ਕੌਮ ਉੱਠਦੀ ਆ। ਚੁੜਨੀ ਸਾਹਿਬ, ਕੇਵਲ ਹਰਿਆਣੇ ਤੱਕ ਸੀਮਤ ਕਿਉਂ, ਪੰਜਾਬ ਵਾਲੇ ਪਾਸੇ ਆਣ ਕੇ ਕਿਉਂ ਨਹੀਂ ਭਰਾਵਾਂ ਨਾਲ ਬੈਠ ਕੇ? ਅੱਜ ਵੀ ਤੁਸੀਂ ਆਏ ਹੋ, ਕੋਈ ਗੱਲਬਾਤ ਨਹੀਂ ਹੋਈ? ਇੱਕ ਹੋਰ ਮੇਰੀ ਗੱਲ ਸੁਣੋ, ਜਿਹੜੇ ਹਰਿਆਣੇ ਤੋਂ ਆ ਕੇ ਪੰਜਾਬ ਦੇ ਵਿੱਚ ਬਹਿ ਗਏ ਨੇ ਉਹ ਅੰਦੋਲਨ ਨਹੀਂ ਹੈ, ਉਹਨਾਂ ਨੇ ਅੰਦੋਲਨ ਦਾ ਨੁਕਸਾਨ ਕਰਤਾ।
उन्होंने हरियाणा के अंदोलन लड़ना चाहिए सी। जेडे इस अंदोलन के शरीक होए सी हरियाणे वाले और जे हरियाणा के रह के अंदोलन लड़ते तो दो स्टेटा का अंदोलन होना सी। वो लीडर आके इधर बह गए तो अंदोलन तो एक स्टेट का रह गया। चुनौती लड़नगे हुण अगला संघर्ष नाल। मैं बेनती कर रहा वा, मैं तुहाडी गल दा जवाब दे रहा वा। तुसी कह रहे हो पंजाब च क्यों नहीं आए, पंजाब च नहीं आना चाहिए, दिल्ली वल जाना चाहिए। जिहड़े हरियाणा दे नेता आके बह गए ने, राजस्थान दे किसी दूजे स्टेटा दे आके नेता पंजाब दे विच बह गए ने, उन्होंने उल्टी सोच ली। उन्होंने दिल्ली वल वधना चाहिए सी। एक अंदोलन इत्थे हुंदा, एक अंदोलन उत्थे हुंदा। छे तरीक दी कॉल जिहड़ी दित्ती गई उहदे विच पिछले बार जिहड़ा है पंजाब दे जथेबंदियां ने कह दिया भी जिथे बैरीकेड लावांगे असीं उत्थे बैठांगे। मोटे तौर पर पंजाब की सीमा से बैठेंगे जी हूँ इन्होंने अंदोलन किया, पर असी कहा असी दिल्ली जाएंगे, असी वापस थोड़े ही जावे, असी पर जाएंगे। असं कामयाब हो गए सी क्योंकि जड़ा हरियाणा है वो दिल्ली के नाल लगता है। छे वाली कॉल उस दिल्ली जाओगे कि एस के एम वाली कॉल से दिल्ली जाओगे हूँ? नहीं, छे की कॉल तो हूँ दिल्ली जाने की, छे की अज दी हुई ना कॉल कहते कि जो ट्रैक्टर ट्रालियां लैके नहीं जा सकता वो छे आ जाए दिल्ली सारे ने कट्ठे हुई। नहीं, वो छे की कॉल उन्होंने इस तरह की नहीं है, उन्होंने छे की कॉल है भी जे ट्रैक्टर ट्राली है तो जो दूजे स्टेट ने फर्ज करो जो है कर्नाटका दूर पैंता है, फर्ज करो तमिलनाडु दूर पैंता है, कोई होर स्टेट दूर पैंते हैं, वो तो ट्रेन राही आने ना या अपने गड्डिया राही आने ये उन्होंने है। बाकी उन्होंने भी रोक रहे हैं, ये तो सानू भी पता है। पिछले जेडे मेरा ख्याल शायद तमिलनाडु तो आ रहे थे, कुछ केरला तो आ रहे थे, उन्होंने मध्य प्रदेश भोपाल के स्टेशन के रोक लिया गया, उत्थे उतों कई वापस करता तो कई फिर फड़ के अगले एक दिन बाद वापस किया, तो इस तरह वो उत्थे भी रोक रहे हैं। चुनी साहब वह जी लड़ाई हैगी राजनीतिक गैर राजनीतिक के कारण तुम इकट्ठे नहीं हो रहे? देखो ये तो कुछ होंगे है आपस का जोड़ा है, पर बाकी असी फिर भी बेनती कर रहे हैं असी जोड़ा है इन्हों भी मिले सी, असी थोड़ी नॉलेज वास्ते दस दीए, असी भंधेर साहब न भी मिले सी, असी डल्लेवाल की टीम मिले सी, असी एस के एम की टीम मिले सी, असी बेनती की सी भी इकट्ठे होकर लड़िए, कॉमन कमेटी बना लीए, कॉमन कमेटी एक साझा अंदोलन लड़े। शुभकरण के भोग से आए हो तुम, अंतिम अरदास समागम से अज कोई गलबात हुई इकट्ठे होने वाली? नहीं, मेरे नाल कोई गलबात नहीं हुई, असी आए सी ते सरदा जली दे के। समय च की लगता तुहानू? ओ मालक राखा है। गुरनाम सिंह चनूनी नाल सी साडे, ओ कहिंदे कि औणे समय च रब ही राखा वा, क्योंकि कहिंदे कि असी इत्थे आए सी गलबात कोई नहीं हुई, ते औणे समय दे विच जिहड़ी एस के एम ने एक कॉल दित्ती हुई है ते अज एक कॉल इत्थों दित्ती गई आ, ते जिहड़ी लड़ाई की गल कीती ओ कहिंदे कि जिहड़ी साडियां जथेबंदियां हरियाणे वाले पासे उधरले पासे आईआं वा उन्ने अंदोलन नूं थोड़ा जिहा ढिल्ला कर लिया वा, जे अंदोलन परले पासे नूं जांदा ते होर थोड़ा वध सकदा सी, पर कारण की सी अजे तक मिसलां दी गल स्टेज ते हुई आ, पर मिसलां कट्ठियां कदों होणगियां इह अजे भी बुझारत बणी हुई आ कि जे पिछलियां मिसलां कट्ठियां हुंदियां सी अज जिहड़ियां मिसलां हैगियां वा किसानां दियां मिसलां बणियां होईयां वा उह भावें हरियाणे दे विच होण पंजाब दे विच होण जां पूरे भारत वर्ष दियां उह कट्ठियां हुंदियां वा, इह ते आउणा समय दस्सूगा। 6 तरीक दी कॉल जिहड़ी दित्ती गई आ इस मोर्चे दे उत्तों अज वाली स्टेज दे उत्तों, 6 तरीक नूं किन्ना कु वड्डा इकट्ठ दिल्ली दे विच हुंदा, 10 तरीक नूं रेलां रोकण दा प्रोग्राम दित्ता गया वा, पर चुणनी साहब किते ना किते लगदा सी कि किते ना किते नाराजगी जरूर चल रही है इन्हां दी, तो नाराजगी कदों दूर होएगी ते आउणा समय दस्सूगा।